ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਛੋਟੀਆਂ ਬੱਚੀਆਂ ਨਾਲ ਰੇਪ ਕੇਸ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ। ਕੱਲ੍ਹ ਵੀ ਜਲੰਧਰ ਦੇ ਰਾਮਾ ਮੰਡੀ ਦੇ ਵਿੱਚ 10 ਸਾਲ ਦੀ ਬੱਚੀ ਨਾਲ ਰੇਪ ਹੋਇਆ। ਇਸੇ ਪੂਰੇ ਮਾਮਲੇ 'ਤੇ ਗੱਲ ਕਰਨ ਲਈ ਸਾਡੇ ਨਾਲ ਇੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਜੀ ਨੇ। ਮੈਮ, ਜਿਸ ਤਰੀਕੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ, ਕਿਸ ਤਰੀਕੇ ਨਾਲ ਦੇਖਦੇ ਹੋ ਅਤੇ ਕੀ ਕਦਮ ਚੱਕਿਆ ਜਾ ਰਿਹਾ ਮਹਿਲਾ ਕਮਿਸ਼ਨ ਵੱਲੋਂ? ਦੇਖੋ, ਇਹ ਬੜਾ ਹੀ ਸੰਵੇਦਨਸ਼ੀਲ ਮੁੱਦਾ ਹੈ ਜਿਹੜਾ ਇਹ ਰੇਪ ਕੱਲ੍ਹ ਹੋਇਆ 4 ਸਾਲ ਦੀ ਬੱਚੀ ਦੇ ਨਾਲ, ਅਤੇ ਦਿਲ ਦਹਿਲਾਉਣ ਵਾਲਾ ਹੈ। ਹੁਣ ਇਹਦੇ ਵਿੱਚ ਜਿਹੜਾ ਕੱਲ੍ਹ ਪਬਲਿਕਲੀ ਲੋਕਾਂ ਨੇ ਮਾਰ ਦਿੱਤਾ ਐਟ ਦਾ ਟਾਈਮ, ਮੌਕੇ 'ਤੇ ਹੀ ਉਹਨੂੰ, ਮੁਜ਼ਰਿਮ ਨੂੰ, ਮੇਰਾ ਇਹ ਕਹਿਣਾ ਕਿ ਲੋਕਾਂ ਦਾ ਰੋਸ਼ ਜਾਇਜ਼ ਹੈ, ਪਰ ਕਾਨੂੰਨ ਨੂੰ ਵੀ ਕਿਤੇ ਨਾ ਕਿਤੇ ਹੱਥ 'ਚ ਲੈਣਾ ਨਹੀਂ ਚਾਹੀਦਾ। ਪਰ ਮੈਂ ਇਸ ਗੱਲ ਦੀ ਮੌਕੇ ਦੀ ਜਿਹੜਾ ਇਹ ਹੋਇਆ ਬੜਾ ਸੰਵੇਦਨਸ਼ੀਲ ਹੈ ਕਿ ਲੋਕਾਂ ਦਾ ਗੁੱਸਾ ਇੱਕ ਤਰਫ ਜਾਇਜ਼ ਹੈ, ਕਿਉਂਕਿ ਜਿਹੜੀ ਕਾਨੂੰਨ ਵਿਵਸਥਾ ਹੈ ਸਾਡੀ ਪਬਲਿਕ ਦਾ, ਜਿਹੜੇ ਰੇਪ ਦੇ ਕਾਂਡ ਵੱਧ ਰਹੇ ਨੇ, ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਕਾਨੂੰਨ ਤੋਂ, ਕਿਉਂਕਿ ਸਾਡੇ ਪਹਿਲੇ ਪੰਜਾਬ ਸਾਡੀ ਇੱਦਾਂ ਦੀ ਸਟੇਟ ਹੈ, ਇਹ ਜਿਹੜੇ ਰੇਪ ਹੁੰਦੇ ਸੀ ਬਿਹਾਰ ਯੂਪੀ 'ਚ ਹੀ ਸੁਣਦੇ ਸੀ ਕਿ ਰੇਪ ਹੁੰਦੇ ਨੇ, ਬੱਚਿਆਂ ਦੇ ਰੇਪ ਹੋ ਗਏ, ਜਾਂ ਰੇਪ ਤਾਂ ਚਾਹੇ 50 ਸਾਲ ਦੀ ਬੱਚੀ ਦਾ, ਔਰਤ ਦਾ ਹੋਏ ਜਾਂ 5 ਸਾਲ ਦੀ ਬੱਚੀ ਦਾ, ਰੇਪ ਹੀ ਅਤੇ। ਪਰ ਇਹ ਜਿਹੜਾ ਹੁਣ ਸਾਡੇ ਪੰਜਾਬ ਵਿੱਚ ਲਗਾਤਾਰ ਹੀ ਇਹ ਹੋਣ ਲੱਗ ਗਏ ਨੇ, ਆਏ ਦਿਨ ਸੁਣਨ 'ਚ ਮਿਲ ਰਿਹਾ, ਅੱਜ ਇੱਥੇ ਹੋ ਗਿਆ, ਅੱਜ ਇੱਥੇ, ਪਿੱਛੇ ਧੂਰੀ 'ਚ ਵੀ ਰੇਪ ਹੋਇਆ ਬੱਚੀ ਦਾ, ਅਤੇ ਬੜਾ ਹੀ ਦਿਲ ਦਹਿਲਾਉਣ ਵਾਲਾ। ਬੀਇੰਗ ਏ ਵੁਮੈਨ, ਮੈਨੂੰ ਤਾਂ ਬੜਾ ਹੈ ਕੱਲ੍ਹ ਦਾ ਹੀ ਸੋਚ ਸੋਚ ਕੇ ਹੋਈ ਜਾ ਰਿਹਾ ਕਿ ਕਿਸ ਤਰ੍ਹਾਂ ਛੋਟੀ ਜਿਹੀ ਇੱਕ ਕੋਈ ਲੇਡੀ ਹੋਏ, ਵਿਮੈਨ ਲੜਕੀ ਹੋਏ, ਉਹਦੀ ਕਾਉਂਸਲਿੰਗ ਕੀਤੀ ਜਾ ਸਕਦੀ ਹੈ ਇੱਦਾਂ ਦਾ ਜੇ ਕੋਈ ਇੰਸੀਡੈਂਟ ਹੁੰਦਾ ਹੈ, ਪਰ ਇੱਕ ਬੱਚੀ ਦੀ ਜਿਹੜੀ ਜਿਹਨੂੰ ਕੁਝ ਸਮਝ ਹੀ ਨਹੀਂ, ਪਤਾ ਹੀ ਨਹੀਂ, ਅਤੇ ਉਸ ਕਿਸ ਸਟੇਜ ਤੋਂ ਗੁਜ਼ਰ ਰਹੀ ਹੋਏਗੀ ਜਾਂ ਕੀ ਉਹਦੇ ਪੇਰੈਂਟਸ ਦੇ ਦਿਲ 'ਤੇ ਬੀਤ ਰਿਹਾ ਹੋਏਗਾ, ਅਤੇ ਬੜਾ ਹੀ ਹੈ ਜੋ ਹੋਇਆ, ਬਹੁਤ ਹੀ ਦੁਖਦਾਈ ਹੈ। ਧੂਰੀ ਦੇ ਵਿੱਚ ਵੀ ਜਿਸ ਤਰੀਕੇ ਨਾਲ 4 ਸਾਲ ਦੀ ਬੱਚੀ ਨਾਲ ਰੇਪ ਹੋਇਆ, ਉਸ ਤੋਂ ਬਾਅਦ ਹਾਲੇ ਤੀਕਰ ਕਾਰਵਾਈ ਨਹੀਂ ਕੀਤੀ, ਪਰਿਵਾਰ ਵੀ ਕਿਤੇ ਨਾ ਕਿਤੇ ਰੋਸ਼ ਦਿਖਾ ਰਿਹਾ, ਪੁਲਿਸ ਕਿਉਂ ਨਹੀਂ ਕੁਝ ਕਰ ਰਹੀ ਹੈ ਜਾਂ ਵੂਮੈਨ ਸੈੱਲ ਕੀ ਕਰ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ? ਦੇਖੋ, ਇਹ ਵੈਸੇ ਤਾਂ ਜਿਹੜਾ ਇਹ ਬੱਚੀਆਂ ਦੇ ਨਾਲ ਰੇਪ ਹੋ ਰਹੇ ਨੇ, ਇਹ ਆਉਂਦੇ ਤਾਂ ਚਾਈਲਡ ਕਮਿਸ਼ਨ ਦੇ ਅੰਡਰ ਵਿੱਚ ਨੇ, ਪਰ ਫਿਰ ਵੀ ਆਪਾਂ ਇਸ ਜ਼ਿੰਮੇਦਾਰੀ ਤੋਂ, ਕਿਉਂਕਿ ਰੇਪ ਰੇਪ ਹੈ, ਹੋਰ ਬੱਚੀ ਦਾ ਵੀ, ਬੱਚੀ ਹੋਏ, ਔਰਤ ਹੋਏ, ਮਹਿਲਾ ਇੱਕ ਬੀਇੰਗ ਏ ਵਿਮੈਨ, ਔਰਤ ਨਾਲ ਜੁੜਿਆ ਹੋਇਆ, ਅਤੇ ਮੈਂ ਇਸ ਜ਼ਿੰਮੇਦਾਰੀ ਤੋਂ ਭੱਜਣਾ ਨਹੀਂ ਚਾਹੁੰਦੀ। ਮੈਂ ਕਹਿੰਦੀ ਹਾਂ ਬਹੁਤ ਮਾੜਾ ਹੋਇਆ ਜਿਹੜਾ ਧੂਰੀ 'ਚ ਹੋਇਆ। ਮੇਰੀ ਤਾਂ ਉਸੇ ਦਿਨ ਹੀ ਐਡਮਿਨਿਸਟ੍ਰੇਟਰ ਨਾਲ ਗੱਲ ਹੋਈ ਹੈ, ਉੱਥੇ ਪੁਲਿਸ SSP ਨਾਲ ਵੀ ਗੱਲ ਹੋਈ ਹੈ, ਡਿਪਟੀ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ। ਮੈਨੂੰ ਨਹੀਂ ਲੱਗਦਾ ਕਿ ਜੇ ਕਾਰਵਾਈ ਨਹੀਂ ਹੋ ਰਹੀ, ਪੇਰੈਂਟਸ ਵੈਸੇ ਮੇਰੇ ਟੱਚ 'ਚ ਨਹੀਂ ਹੈਗੇ, ਮੈਂ ਹੁਣੇ ਗੱਲ ਕਰ ਲੈਂਦੀ ਹਾਂ ਤੁਹਾਡੇ ਸਾਹਮਣੇ ਹੀ DC ਨਾਲ ਕਿ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਜਾ ਰਿਹਾ। ਪਰ ਸਭ ਤੋਂ ਵੱਡੀ ਗੱਲ ਮੁੱਕਦੀ ਇੱਥੇ ਆਉਂਦੀ ਹੈ ਕਿ ਦਰੁਸਤੀ ਕਿੱਥੇ ਵੇ ਪੁਲਿਸ ਦੀ, ਅਤੇ ਕਾਨੂੰਨ ਚਲਾਨ ਕਿੰਨੇ ਦੇਰ 'ਚ ਪੇਸ਼ ਕੀਤਾ ਜਾਂਦਾ। ਜਦ ਤੱਕ ਸਾਡੀ ਸਰਕਾਰ 2-4 ਨੂੰ ਟੰਗੇਗੀ ਨਹੀਂ ਇਹੋ ਜਿਹੇ ਮਾਮਲਿਆਂ 'ਚ, ਇਸ ਸਮੱਸਿਆ 'ਤੇ ਇੱਕ ਬੜਾ ਹੀ ਸੰਵੇਦਨਸ਼ੀਲ ਮੁੱਦਾ, ਇਹਦੇ 'ਤੇ ਕੰਟਰੋਲ ਨਹੀਂ ਪਾਇਆ ਜਾ ਸਕਦਾ। ਅੱਤਵਾਦ ਤੋਂ ਬਾਅਦ ਇੱਕ ਇਹ ਮੁੱਦਾ ਹੈ ਜਿਹਦੇ 'ਤੇ ਡਰੱਗਸ ਤੋਂ ਬਾਅਦ ਇਹ ਕੰਟਰੋਲ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਹਰ ਪਰਿਵਾਰ 'ਚ ਇੱਕ ਖੌਫ ਦਿਨੋ ਦਿਨ ਵੱਧਦਾ ਹੀ ਜਾਣਾ, ਔਰ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਔਰ ਮੈਂ ਇਸ ਮਾਮਲੇ 'ਚ, ਸਾਡੇ DJP ਬਾਹਰ ਗਏ ਹੋਏ ਨੇ, 13 ਨੂੰ ਆ ਰਹੇ ਨੇ, ਅਤੇ ਮੈਂ ਭਾਵਰਾ ਜੀ ਨੂੰ ਵੀ ਮਿਲਣ ਜਾਣਾ, ਜਿਹੜੇ ਇੰਟੈਲੀਜੈਂਸ DG ਨੇ, ਉਹਨਾਂ ਕੋਲ ਚਾਰਜ ਹੈਗਾ, ਅੱਜ ਮੇਰੀ 4 ਵਜੇ ਉਹਨਾਂ ਨਾਲ ਮੀਟਿੰਗ ਹੈਗੀ ਹੈ, ਮੈਂ ਉਹਨਾਂ ਨਾਲ ਗੱਲ ਕਰਾਂਗੀ ਇਸ ਮੁੱਦੇ 'ਤੇ ਕਿ ਠੋਸ ਕਦਮ ਚੁੱਕ ਕੇ ਜਾਣ। ਚੀਫ ਮਿਨਿਸਟਰ ਨੂੰ ਵੀ ਆਪਾਂ ਇਹਦੇ 'ਚ ਲਿਖਿਆ ਵੀ ਹੈ, ਔਰ ਮਿਲਾਂਗੇ ਵੀ ਕਿ ਕੋਈ ਠੋਸ ਕਦਮ ਚੁੱਕ ਕੇ ਜਾਣ ਕਿ ਇੱਦਾਂ ਦੇ ਮਾਮਲਿਆਂ ਉੱਤੇ ਪਕੜ ਬਣਾਈ ਜਾਏ। ਕਿ ਜੋ ਆਪਣਾ ਪੁਲਿਸ ਪ੍ਰਸ਼ਾਸਨ ਹੈ, ਤੁਸੀਂ ਉਹਨਾਂ ਨੂੰ ਵੀ ਤਲਬ ਕੀਤਾ ਇਹਨਾਂ ਮਾਮਲਿਆਂ ਦੇ ਵਿੱਚ, ਬੁਲਾਇਆ ਤੁਸੀਂ ਕਿ ਕਾਰਵਾਈ ਕਿਉਂ ਨਹੀਂ ਹੋਈ, ਕੋਈ ਗੱਲਬਾਤ ਹੋਈ ਤੁਹਾਡੀ? ਬਿਲਕੁਲ, ਹਾਂਜੀ, ਮੇਰੀ ਗੱਲ ਹੋਈ ਹੈ ਜਲੰਧਰ ਜੋ ਕੱਲ੍ਹ ਰਾਮਾ ਮੰਡੀ 'ਚ ਹੋਇਆ, ਪੁਲਿਸ ਕਮਿਸ਼ਨਰ ਨਾਲ ਗੱਲ ਹੋਈ ਹੈ, ਅਤੇ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਕਰ ਰਿਹਾ ਪਏ, ਨਸ਼ਾ ਕੀਤਾ ਹੋਇਆ ਸੀ ਇਸ ਬੰਦੇ ਨੇ ਜਿਹਨੇ ਕੀਤਾ, ਬੱਚੀ ਖੇਡ ਰਹੀ ਸੀ ਅਤੇ ਬਰਗਲਾ ਕੇ ਉਹ ਨਸ਼ਾ ਕੀਤਾ, ਉਹ ਭੀੜ ਨੇ ਹੀ ਉਹਨੂੰ ਮਾਰਨਾ ਪਿੱਟਣਾ ਸ਼ੁਰੂ ਕਰਤਾ ਕਿ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਪਰ ਫਿਰ ਵੀ ਸਾਡੀ ਵੀ ਕਮਿਸ਼ਨ ਇਹਦੇ 'ਤੇ ਹੁਣ ਦੇਖ ਰਿਹਾ, ਸਾਡੀ ਹੁਣ ਨਾ ਆਪਾਂ, ਸਾਡੀ ਇੱਕ ਮੰਗ ਹੈ ਸਰਕਾਰ ਨੂੰ, ਆਪਾਂ ਲਿਖ ਕੇ ਦਿੱਤਾ ਚੀਫ ਮਿਨਿਸਟਰ ਨੂੰ ਵੀ ਅਤੇ DJP ਨੂੰ ਵੀ, ਪੰਜਾਬ ਦੇ ਜਿੰਨੇ ਵੀ ਵੁਮੈਨ ਸੈੱਲ ਨੇ ਨਾ, ਉਹਨਾਂ ਦੇ ਜਿਹੜੇ DSP ਨੇ, ਸਾਡੀ ਕਮਿਸ਼ਨ ਨੂੰ ਆ ਕੇ ਰਿਪੋਰਟ ਕਰਿਆ ਕਰਨ, ਕਿਉਂਕਿ ਬਹੁਤ ਸਾਰੇ ਮੁੱਦੇ ਹੋਰ ਵੀ ਹੈਗੇ ਨੇ ਜਿਹੜੇ ਕਮਿਸ਼ਨ ਨਾਲ ਜੁੜੇ ਹੋਏ ਨੇ। ਆਪਾਂ ਚਾਹੁੰਦੇ ਹਾਂ ਕੁਝ ਅਵੇਅਰਨੈਸ ਇਹਦੇ ਕੈਂਪ ਚਲਾਏ ਜਾਣ, ਛੋਟੀ ਛੋਟੀ NGOs ਨੂੰ ਨਾਲ ਜੋੜਿਆ ਜਾਏ, ਔਰ ਜਦੋਂ ਵੀ ਪ੍ਰੋਬਲਮ ਹੁੰਦੀ ਹੈ ਲੋਕ ਭੱਜ ਕੇ ਸਿਰਫ ਵੁਮੈਨ ਸੈੱਲ 'ਚ ਹੀ ਕੰਪਲੇਂਟ ਕਰਨ, ਐਟ ਦਾ ਟਾਈਮ ਮੌਕੇ 'ਤੇ ਥਾਣੇ 'ਚ ਹੀ ਜਾਂਦੇ ਨੇ। ਔਰ ਜਿਹੜੇ ਆ ਇੱਕ ਤਬਕੇ ਦੇ ਲੋਕ ਨੇ, ਉਹਨਾਂ ਨੂੰ ਕਮਿਸ਼ਨ ਦਾ ਵੀ ਨਹੀਂ ਪਤਾ ਕਿ ਕਮਿਸ਼ਨ ਹੈ ਕੁਛ ਹੈ ਜਿਹੜਾ ਬਹੁਤ ਅੱਛਾ ਇੱਕਦਮ ਐਟ ਦਾ ਸਪੋਰਟ, ਜਿਹੜੇ ਕੋਰਟ ਤੱਕ ਨਹੀਂ ਪਹੁੰਚ ਪਾਉਂਦੇ, ਕਾਰਵਾਈ ਕਰ ਸਕਦਾ। ਅਤੇ ਆਪਾਂ ਹੁਣ ਕਰ ਰਹੇ ਹਾਂ, ਦੇਖ ਰਹੇ ਹਾਂ ਜਿੱਥੇ ਜਿੱਥੇ ਇੱਦਾਂ ਦੀ ਵਾਰਦਾਤ ਹੋ ਰਹੀਆਂ ਨੇ ਕਿ ਉੱਥੇ ਪੁਲਿਸ ਵਿਭਾਗ ਕੀ ਕਰ ਰਿਹਾ, ਕਿੰਨੀ ਮੁਸਤੈਦੀ ਨਾਲ ਕੰਮ ਕਰ ਰਿਹਾ। ਜਿੱਥੇ ਵੀ ਨਹੀਂ ਕੋਈ ਕੰਮ ਹੋ ਰਿਹਾ ਉੱਥੇ ਤਲਬ ਕੀਤੇ ਜਾਣਗੇ,
चाहे किसी भी तबके का पुलिस अधिकारी होए उनका कोई लिहाज नहीं किया जाएगा। साड़ी कमीशन नू फ्री हैंड है पंजाब के मुख्यमंत्री वालों, आप एक्शन लाँगे। मैडम तुहानूं लगता कि जिस तरीके ना कल इंसीडेंट होया, जो कल लोगों ने मौके पर जो आरोपी सी उन्हें कुट कुट के मार दिता, कितने ना कितने लीगल सिस्टम तो लोगों का विश्वास उठ रहा लगातार। लोग मौके पर ऑन द स्पॉट जो भी एक्शन उन्हां तो बनता वो करते हैं, क्योंकि पुलिस से उन्होंने विश्वास नहीं है। मैं सहमत हाँ, जदों इदा दे इंसीडेंट होंदे ने अपनी भावनावां नूं कोई कंट्रोल नहीं लोग रख पाते, क्योंकि इदा दे हुण जिहड़े मामले वधदे जा रहे हैं तो लोगों का गुस्सा जायज़ है, पर फिर भी एक एक कानून नूं हाथ च लैना नहीं चाहिए। कानून नूं तुसीं हाथ च ना लो, कानून नूं अपना काम करन दो। जो कल पब्लिकली होया है तो निंदनीय ही, पर जो इंसीडेंट होया उन्नू देख के मैं तुहाडी गल तो थोड़ी सहमत हाँ कि लोगों का विश्वास कानून तो उठता जा रहा है, पर यह सरकार नूं चाहिए आपां इहदे ते काम करांगे कि लोगों का विश्वास नहीं कानून व्यवस्था तो उठना चाहिए। जब तक पुलिस विभाग साडा यह चलान पेश करके दो चार नूं अंदर नहीं दिंदा और बच्चियों की सुरक्षा नूं पुख्ता नहीं करता, इहदे ते कंट्रोल नहीं पाया जा सकता। मैडम जो चाइल्ड कमीशन आ वो इस टाइम किसी को नहीं आ, की तुसी उहदा भी चार्ज लै रहे हो या नहीं लै रहे? देखो इस तरह की मेरी तो कोई प्लानिंग नहीं हैगी, यह हुण सरकार नूं देखना है कि चाइल्ड कमीशन अगर हाले वैकेंट है कि उन्होंने की करना है, पर ठीक है साढ़े को जिन्ना बन पैंदा आपां करदे हां। तुहाडे कोल कोई ऑफर आया इस चीज़? नहीं हाले तक मेरे को इदां दा कोई ऑफर नहीं आया। लगातार जिस तरीके नाल पंजाब दे विच इस तरह दी वारदातां सामने आई हैं, कितने कितने कानून व्यवस्था ते भी बहुत सारे सवाल उठ रहे हैं, लेकिन कहा जा रहा है कि जो भी आरोपी ने, चाहे वह धूरी मर्डर केस है या फिर जलंधर दे विच जो कल मामला सामने आया, इस तरह के केसों के पुलिस प्रशासन पुख्ता कार्रवाई करेगा, तो महिला कमीशन लगातार इन्हां ते नज़र बनाए हुए ने। कैमरामैन दीपक दे नाल रविंदर सिंह, दैनिक सवेरा टीवी, चंडीगढ़।